ਜਾਣਿਆਂ ਦੇ ਉੱਪਰ ਤੁਸੀਂ ਮਿਲੋ ਗੱਲ ਤੁਸੀਂ ਵੀ ਆਓ ਪਰ ਠੀਕ ਹੋ ਨਾ ਤੋ ਪਾਰੇ ਬਣਦੀ ਗੁਫਾ ਇੱਕ ਤਰਸਾ ਪਾਰੇ ਜਾਣਾ ਸਹੀ ਵੀ ਹੈ ਕਮੈਂਟ ਮਾਰਦਾ ਕਿ ਤੁਸੀਂ ਥਾਂ ਦੇ ਇੱਥੇ ਇੱਕ ਮੰਦਿਰ ਵੀ ਬਣਦਾ ਉੱਪਰ ਕਾਲੀ ਮਾਤਾ ਦਾ ਤੇ ਉਹਦਾ ਵੀ ਇੱਕ ਤਰੀਕੇ ਦਾ ਵਲਾਗ ਬਣਾਇਓ ਤੇ ਇੱਥੇ ਥੱਲੇ ਮੇਨ ਪਿੰਡੀ ਹੈ ਜਿਹੜੀ ਮੇਨ ਪਿੰਡੀ ਹੈ ਇੱਥੋਂ ਦੀ ਉਹ ਪਤਾ ਨਹੀਂ ਕਿੰਨੀ ਪੁਰਾਣੀ ਹੈ ਉਹਦਾ ਕੋਈ ਪਤਾ ਨਹੀਂ ਹੈ ਕਿਸੇ ਵੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਸ਼ੰਕਰ ਦੋਸਤੋ ਜੈ ਸ਼੍ਰੀ ਰਾਮ ਕੀ ਹਾਲ ਚਾਲ ਉਮੀਦ ਕਰਦਾ ਕਿ ਸਾਰੇ ਠੀਕ ਠਾਕ ਹੋਣ ਤੇ ਅੱਜ ਅਸੀਂ ਜਾਣੇ ਉਹਦੇ ਉੱਪਰ ਬੇਸਿਕਲੀ ਮੈਂ 4-5 ਹਫ਼ਤੇ ਹੋਈ ਮੈਂ ਹਰ ਹਫ਼ਤੇ ਆਪਣਾ ਪਲਾਨ ਕਰਨਾ ਮਹਾਂ ਚਲੋ ਉਹਦੇ ਉੱਪਰ ਜਾਣਾ ਉਹਦੇ ਉੱਪਰ ਜਾਣਾ ਬਟ ਜਾਣੇ ਮੌਕਾ ਨਹੀਂ ਕੀ ਮਿਲਦਾ ਅੱਜ ਮੈਂ ਥੋੜ੍ਹਾ ਟਾਈਮ ਕੱਢਿਆ ਤਾਂ ਕਿਉਂਕਿ ਹੁਣ ਮੈਂ ਕੀ ਫਿਲਹਾਲ ਸ਼ਨੀਵਾਰ ਦਾ ਕੋਈ ਕੰਮ ਨਾ ਹਾਂ ਤਾਂ ਮਹਾਂ ਚਲੋ ਚੱਲਦੇ ਹਾਂ ਉਹਦੇ ਉੱਪਰ ਅਸ ਉਹਦੇ ਉੱਪਰ ਚੱਲਦੇ ਹਾਂ ਤਾਂ ਉਹਦੇ ਉੱਪਰ ਥੋੜ੍ਹਾ ਜਿਹਾ ਵਲੋਗ ਬਣਾਉਂਦੇ ਹਾਂ ਕਿ ਵਗੈਰਾ ਟਾਈਮ 12 ਵਜੇ ਨੂੰ ਤਾਂ ਜਾਣਾ ਕਿੰਨੇ ਵਜੇ ਅਸੀਂ ਗੁੜੇ ਦਾ ਅਸਰ ਜਾਣਾ 2:30 ਵਜੇ 2:30 ਵਜੇ ਸਾਰੀ ਬੱਸ ਆ ਰਹੀ ਹੈ ਸਵੀਟੀ ਅਸਰ ਜਾਣਾ ਉਹਦੇ ਉੱਪਰ ਅਤੇ ਤੁਹਾਡਾ ਅੱਗੇ ਇੱਕ ਰਿਕੁਐਸਟ ਹੈ ਕਿ ਤੁਸੀਂ ਵੀਡੀਓ ਕੀ ਲਾਈਕ ਕਰਨਾ ਸੀ ਅਤੇ ਵੀਡੀਓ ਵੀ ਸ਼ੇਅਰ ਵੀ ਤੁਸੀਂ ਕਰਨਾ ਸੀ ਕਮੈਂਟ ਜ਼ਰੂਰ ਮਾਰਨਾ ਸਾਡੇ ਯੂਟਿਊਬ ਚੈਨਲ ਕਿ ਸਬਸਕ੍ਰਾਈਬ ਕਰ ਲੈਣਾ ਫੇਸਬੁੱਕ ਪੇਜ਼ ਫੋਲੋ ਕਰ ਲੈਣਾ ਤੋ ਬਾਈ ਟਾਈਮ ਤਾਂ ਬੜਾ ਹੈ ਅਤੇ ਮੈਂ ਸੋਚਿਆ ਮੈਂ ਚਲੋ ਚੱਲਦੇ ਹਾਂ ਬਲੋਰ ਕਿਉਂਕਿ ਬਲੋਰ ਦਾ ਬੱਸ ਪਕੜਨੇ ਆ ਕਿਉਂਕਿ ਗੱਡੀ ਵਿੱਚ ਸੀਟਾਂ ਪੂਰੀਆਂ ਫੁੱਲ ਹੋਈਆਂ ਕਈ ਵਾਰੀ ਸਵੀਟੀ ਦੀਆਂ ਅਤੇ ਇਸੇ ਕਰਕੇ ਮੈਂ ਸੋਚਿਆ ਮੈਂ ਚਲੋ ਬਲੋਰ ਦਾ ਬਹਿਣੇ ਗੱਡੀ ਵਿੱਚ ਵੀ ਨਿਕਲਿਆ ਅੱਗੇ ਤੋ ਇਹ ਫਿੰਤਰਾ ਸੀ ਲੱਭੀ ਇੱਕ ਬੱਸਾਂ ਵਿੱਚ ਬੰਦਾ ਜਿਹੜਾ ਬੱਚਾ ਤਾਂ ਨਾਰੀਅਲ ਦੀ ਗਰੀ ਅਤੇ ਸੀ ਮੈਂ ਆਵਾਜ਼ ਮਾਰੀ ਅਤੇ ਇਹ ਮੇਰੇ ਕੋਲ ਆਇਆ ਬੰਦਾ ਅਤੇ ਇਹਦੀ ਹਮੇ 3 ਪੀਸ ਲੈ ਲਏ ਨਾਰੀਅਲ ਗਰੀ ਦੇ ਅਤੇ ਬਸ ਵੀ ਚੱਲ ਜੈ ਸ਼੍ਰੀ ਰਾਮ ਜਗਾਨ ਮੋੜ ਆਪਣੇ ਭਰਾ ਹੋਰ ਨੇ ਖਿਲਾਇਆ ਕੁਲਚਾ ਵਗੈਰਾ ਜੈ ਸ਼੍ਰੀ ਰਾਮ ਆਪਣੇ ਸਬਸਕ੍ਰਾਈਬਰ ਲੱਭਿਆ ਠੀਕ ਹੋ ਕਿਹੜਾ ਕੀ ਕਰਾ ਦੇ ਤੁਸੀਂ ਦੇਖਾ ਅਰੇ ਦੇਖਿਆ ਤੇ ਹੈ ਤਾੜੀ ਹੈ ਮਾਨ ਸ਼ੂਗਰ ਹੈ ਦੋਸਤ ਲੱਭੀ ਹੈ ਹਾਂ ਲੱਭੀ ਹੈ ਨਾ ਉਹ ਜੀ ਬੋਲਾ ਗਾ ਬਸ ਤਾਂ ਤੁਸੀਂ ਮਿਲੋ ਗਲੇ ਤੁਸੀਂ ਵੀ ਆਓ ਪਰ ਹੈ ਠੀਕ ਹੋ ਨਾ ਭਰਾ ਜਿੱਥੋਂ ਇੱਕ ਦੁਕਾਨ ਮੋੜ ਦੇ ਜੈ ਸ਼੍ਰੀ ਰਾਮ ਆ ਜੈ ਸ਼੍ਰੀ ਰਾਮ ਭਾਈ ਜੀ ਤਿੰਨ ਦੁਕਾਨ ਇੱਥੇ ਕੀ ਨਾਮ ਹੈ ਤੇ ਤੁਹਾਡੀ ਐਸਐਸ ਕ੍ਰੀਏਸ਼ਨਸ ਅੱਛਾ ਆਪੋਜ਼ਿਟ ਏਪੀਐਸ ਕੀ ਕਹਿੰਦੇ ਮਤਲਬ ਆਰਮੀ ਬੋਲੀ ਸਕੂਲ ਅੱਛਾ ਕੋ 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 ਹੈ ਇਹ ਇਹ ਕਮੀ ਸਾਹਮਣੇ ਕੇ ਸਾਹਮਣੇ ਹੀ ਹੈ ਇੱਥੇ ਦੁਕਾਨ ਦੇ ਕੱਪੜੇ ਵਗੈਰਾ ਵੇਚਦੇ ਨੇ ਸਸਤੇ ਸਸਤੇ ਮਹਿੰਗੇ ਹਾਂ ਮਹਿੰਗੇ ਕੱਪੜੇ ਤੇ ਤੁਸੀਂ ਥਾਉ ਦੇ ਲੈ ਲਿਓ ਤੇ ਬਾਕੀ ਹੋਰ ਸਾਡੇ ਜਿਹੜਾ ਤੁਸੀਂ ਦੇਖ ਰਹੇ ਹੋ ਸਾਡਾ ਵਲੋਗ ਦਾ ਦਿਨ ਦੂਆ ਅੱਜ
ਕੱਲ ਅਸੀਂ ਘਰ ਪੁੱਜਦੇ ਪੁੱਜਦੇ ਹਨੇਰਾ ਹੋ ਗਿਆ ਸੀ, ਅਸੀਂ ਆਪਣਾ ਬਲਾਗ ਆ ਗਿਆ ਨਿਬੜੇ ਆ। ਅੱਜ ਸਵੇਰੇ ਸਵੇਰੇ ਉੱਠੇ ਤਾਂ ਫਿਲਹਾਲ ਥੋੜ੍ਹਾ ਟਾਈਮ ਲੱਗ ਗਿਆ ਸੀ, ਕਿਉਂਕਿ ਪਹਿਲਾਂ ਫੋਨ ਅਸੀਂ ਪਹਿਲਾਂ ਆਪਣੀ ਵੀਡੀਓ ਪਾਈ ਅਸੀਂ, ਵੀ ਫੋਨ ਆਪਣਾ ਚਾਰਜ ਕੀਤਾ ਅਤੇ ਵੀ ਹੁਣ ਚਲੋ ਮੈਂ ਥੋੜ੍ਹਾ ਟਾਈਮ ਲੱਗ ਗਿਆ ਸੀ ਤਾਂ ਚੱਲ ਘੁੰਮਣ ਮਾੜਾ ਮੋਟਾ। ਅਤੇ ਜਾ ਰਹੇ ਅਸੀਂ ਫਿਲਹਾਲ ਇੱਕ ਜਗ੍ਹਾ ਇੱਥੇ ਜਿਹੜਾ ਆਪਣਾ ਏਰੀਆ ਰੋਂਦਵੇਲ, ਉੱਥੇ ਜਗ੍ਹਾ ਇੱਕ ਦੁੱਧਰ ਨਾਲਾ, ਉੱਥੇ ਇੱਕ ਮੰਦਰ ਬਣਦਾ ਕਾਲੀ ਮਾਤਾ ਦਾ, ਤਾਂ ਅਸੀਂ ਕੱਲ੍ਹ ਉੱਥੋਂ ਦੀ ਇੱਕ ਸ਼ਾਰਟ ਵੀਡੀਓ ਭਾਈ ਬਣਾਈ ਹੈ ਅਤੇ ਅਸੀਂ ਬਈ ਜਾਣਾ ਕਮੈਂਟ ਮਾਰਦਾ ਸੀ ਕਿ ਭਰਾ ਜੀ ਉੱਥੇ ਇੱਕ ਮੰਦਰ ਵੀ ਹੈ ਉੱਥੇ ਜਾਇਓ ਅਤੇ ਉੱਦਾਂ ਮੰਦਰ ਦਾ ਨਿਕਲਦਾ ਵਲਾਗ ਬਣਾਇਓ। ਫਿਲਹਾਲ ਉਹ ਬਈ ਆ ਅੱਗਾ ਅਸੀਂ ਲੱਭਣ ਵਾਏ ਬਿਲੇ, ਉਹ ਪਹਿਲਾਂ ਉਸ ਸਾਡਾ ਵਲਾਗ ਪਹੁੰਚਾਉਂਦੇ ਬਈ ਆ, ਉਹਨਾਂ ਅਸੀਂ ਦੁਬਾਰਾ ਵੀ ਲੱਭਣਾ ਇੱਕ ਵਾਰੀ। ਜਿਵੇਂ ਕਿ ਅਸੀਂ ਕੁਛ ਬੰਦੇ ਇੱਥੋਂ ਦੇ ਆਪਣੇ ਭਰਾ ਯਾਰ ਬੇਲੀ ਬੰਦੇ ਫੋਨ ਵੀ ਕਰਦੇ ਨੇ ਕਿ ਅਸੀਂ ਤੁਸੀਂ ਸਾਥ ਦਿਓ, ਸਾਡੇ ਨਾਲ ਜ਼ਰੂਰ ਮਿਲੀਏ ਜਾਇਓ। ਕਿ ਕੁਛ ਭਰਾ ਅਸੀਂ ਆਪਣੇ ਮਿਲੀਏ ਕੱਲ੍ਹ ਹੀ ਪਿਛਲੇ ਕੱਲ੍ਹ ਸ਼ਾਮੀ, ਤਾਂ ਅਸੀਂ ਘਰ ਥੋੜ੍ਹਾ ਟਾਈਮ ਲੱਗੀ ਪੁੱਛਦੇ ਪੁੱਛਦੇ, ਬਾਕੀ ਕੁਛ ਭਰਾ ਅਸੀਂ ਆਖਦੇ ਕਿ ਸਾਨੂੰ ਅੱਜ ਮਿਲਿਓ। ਤਾਂ ਬਸ ਜਾਦੇ ਕੁਦੇ ਹੋਰ ਫਿਲਹਾਲ ਅਸੀਂ ਜਾਦੇ ਦੁੱਧਰ ਨਾਲ ਸਾਈਡ, ਤਾਂ ਅਸੀਂ ਆਪਣੇ ਇਸ ਭਰਾ ਦਾ ਫੋਨ ਆਇਆ ਅਨਿਲ ਭਰਾ ਦਾ, ਅਤੇ ਇੱਥੇ ਆਪਣੇ ਜਗ੍ਹਾ ਦਾ ਕਿੰਨਾ ਇੱਥੋਂ ਦਾ ਚੰਨੀ ਮੋੜ, ਚੰਨੀ ਮੋੜ ਆਪਣੇ ਭਰਾ ਹੋਰ ਦਾਨ ਕਰਦੇ ਕੱਪੜੇ ਦੀ, ਅਤੇ ਬਾਕੀ ਆਪਣੇ ਮਾਸੇ ਦਾ ਮੁੰਡਾ ਹਾਲ ਵੀ ਭਰਾ ਲੱਭੀਏ ਤਾਂ ਅਸੀਂ ਮਾਰਾ ਇੱਕ ਠੀਕ ਹੋ ਸੀ ਜਨਾਬ, ਠੀਕ ਠਾਕ। ਅਤੇ ਬਾਕੀ ਇੱਥੋਂ ਬੈਠਦੇ ਭਰਾ ਲੱਗ ਗਿਆ ਜੀ ਕਾਫੀ ਮਾਰੇ ਭਰਾ ਕਰਨੇ ਦਾ, ਇੱਕ ਬੜੀ ਸਹੀ ਦੋਸਤੋ ਗੱਲ ਇੱਕ ਹੋਰ ਵੀ ਹੈਗੀ, ਜਿਹੜੀ ਲੈਣ 10,000 ਲਿਆਉਣਾ ਉਹਦੇ ਲੈਣ 'ਚ ਭਰਾ ਹੋਰ ਯਾਦ ਦਿਲ, ਮਤਲਬ ਕਿ ਜਿਹੜੇ ਵੀ ਤਸਕਾ ਸ਼ੌਂਕ ਹੈ ਇਹਨੇ ਵੀ ਲਿਖਣ ਦਾ, ਅਤੇ ਵੀ ਭਰਾ ਹੋਰ ਲਿਖਦੇ ਨੇ, ਅਤੇ ਸਾਡੇ ਨਾਲ ਹੁਣ ਜੁੜੀਏ ਭਰਾ ਹੋਰ, ਤਾਂ ਸਮਝ ਲਓ ਕਿ ਸਾਡਾ ਕੰਮ ਜਦੋਂ ਵੀ ਸਟਾਰਟ ਹੋਊਗਾ ਤਾਂ ਭਰਾ ਹੋਰ ਸਾਡਾ ਕੰਨਾ ਹੋਣਾ ਫਿਲਹਾਲ 24 ਘੰਟੇ ਹੋਣ ਖੇਡ ਵਾਸਤੇ, ਜਿਹੜਾ ਸਾਡਾ BMI ਦਾ ਪ੍ਰੋਜੈਕਟ ਹੈ। ਬਾਕੀ ਇਹ ਕਿ ਭਰਾ ਹੋਰ ਆਪਣੇ ਚੰਨੀ ਮੋੜ ਕੰਮ ਕਰਦੇ ਕੱਪੜੇ ਦਾ, ਦੁਕਾਨ ਦਾ ਨਾਮ ਹੈ ਐਨੀਲ ਫੈਸ਼ਨ ਪੁਆਇੰਟ ਚੰਨੀ ਮੋੜ, ਇੱਥੇ ਜਿਹੜਾ ਢਾਬਾ ਜਿਹੜਾ ਢਾਬਾ ਨਹੀਂ ਮਤਲਬ ਕਿ ਪਹਿਲਵਾਨ ਦੀ ਮਿਠਾਈ ਮਿਲਦੀ ਹੈ ਅਤੇ ਲਾਗੇ ਹੀ ਚੰਨੀ ਮੋੜ, ਉਹਦੇ ਪਹਿਲੇ ਦੁਕਾਨੇ ਦੀ ਆਈ ਦੀ ਹੈ। ਭਰਾ ਹੋਰ ਲਿਖਦੇ ਵੀ ਬੜਾ ਸਹੀ, ਅਤੇ ਭਰਾ ਹੁੰਦੇ ਰੈਪ ਸੁਣੇ ਮੈਂ, ਤੁਸੀਂ ਕਿਸ ਹਿਸਾਬ ਲਿਖਦੇ ਹੋ ਸਾਡੇ ਜਿਹੜੇ ਦਰਸ਼ਕ ਜਿਹੜੇ ਲਿਖਦੇ ਆ ਸਾਡੇ ਭਰਾ ਸੀ, ਉਹਨਾਂ ਨੇ ਲੱਗਿਆ ਪਤਾ ਕਿ ਭਰਾ ਕਿਸ ਹਿਸਾਬ ਲਿਖਦੇ ਰੈਪ, ਸੁਣਾਓ ਇੱਕ ਅੱਧਾ ਰੈਪ। ਮੈਂ ਇਹ ਸ਼ੁਰੂ ਤੋਂ ਮੈਂ ਬੋਹੀਮੀਆ ਦਾ ਫੈਨ ਹਾਂ, ਸ਼ੁਰੂ ਤੋਂ ਮੈਂ ਬੋਹੀਮੀਆ ਦੇ ਗਾਣੇ ਗਾਉਣਾ, ਬਾਕੀ ਮੈਂ ਇੱਕ ਗਾਣਾ ਇਹ ਲਿਖਿਆ, ਇੱਕ ਦੋ ਗਾਣਾ ਲਿਖਿਆ, ਇੱਕੜੇ ਤੁਸੀਂ ਬੜੇ ਲਿਖਦੇ ਉਹ ਵੀ ਇਹ ਕਿਸੇ ਦੇ, ਮੈਂ ਥੋੜ੍ਹੀ ਇਹ ਖੁੰਦਕ ਆ ਗਈ, ਮੈਂ ਤਾਂ ਇਹ ਲਿਖਦੀ ਆ ਉਹਨੂੰ ਸਿੱਧਾ ਹੀ ਕਮੈਂਟ ਕਰ ਦਿੱਤਾ, ਠੀਕ ਹੈ। ਮਾੜੇ ਦਿਨ ਕੱਟੇ ਪਿੱਛੇ ਨਹੀਂਓ ਹਟੇ, ਵੇ ਜਿਹੜਾ ਵਿੱਚ ਹੀ ਆਇਆ ਉਹਦੇ ਚੱਕ ਦੇਣੇ ਫੱਟੇ, ਅਸੀਂ ਚੰਗੇ ਵਾਲੀ ਚੰਗੇ ਮਾੜਿਆਂ ਲਈ ਮਾੜੇ, ਵੇ ਜਿਹੜਾ ਵਿੱਚ ਹੀ ਆਇਆ ਉਹਨੂੰ ਸੁੱਟਣੇ ਆ ਤਾੜੇ, ਅਸੀਂ ਕਿਸੇ ਦੇ ਨਹੀਂ ਸਹਾਰੇ, ਅਸੀਂ ਕਿਸੇ ਦੇ ਅੱਗੇ ਨਹੀਂਓ ਹਾਰੇ, ਵੇ ਜਿਹੜਾ ਵਿੱਚ ਹੀ ਆਇਆ ਉਹਦੇ ਕਰ ਦੇਣੇ ਫੜੇ, ਰਾਨੇ ਰੱਬ ਦੇ ਸਹਾਰੇ ਪਾਏ, ਜੇਕੇ ਚ ਖਿਲਾਰੇ ਜਿਹੜੇ ਨਾਲ ਨੇ ਸਾਰੇ ਸਾਨੂੰ ਲੱਗਦੇ ਪਿਆਰੇ, ਵੇ ਜੇਕੇ ਵਿੱਚ ਬਹਿ ਕੇ ਅਸੀਂ ਲੈਣੇ ਆ ਨਜ਼ਾਰੇ, ਵੇ ਯਾਰ ਦੋਸਤ ਕਹਿਣ ਤੇਰਾ ਰੈਪ ਬੜਾ ਚੰਗਾ, ਤੇਰੇ ਜਿਹਾ ਹੋਰ ਕੋਈ ਲੱਭਣਾ ਨਹੀਂ ਬੰਦਾ, ਦੋ ਨੰਬਰ ਦਾ ਅਸ ਕਰਦੇ ਨਹੀਂ ਉਹ ਧੰਦਾ, ਵੇ ਜਿਹੜਾ ਵਿੱਚ ਆਇਆ ਆਪਾਂ ਕਰ ਦੇਣਾ ਨੰਗਾ, ਹੱਕ ਦੀ ਕਮਾਈ ਖਾਣੇ ਕਦੇ ਕੀਤਾ ਨਹੀਂ ਬਲੈਕ, ਮੇਰਾ ਰੈਪ ਸੁਣ ਕੇ ਹੋਣਾ ਵੱਡੇ ਵੱਡੇ ਆਨੂੰ ਅਟੈਕ, ਨੈਵਰ ਡਾਊਨ ਬੈਕ ਬਈ, ਲਾਸਟ ਲਾਈਨ ਮੋਸੇ ਦੀ ਹੈ ਨੈਵਰ ਡਾਊਨ ਬੈਕ। ਤੋ ਇਹ ਭਰਾ ਹੁੰਦਾ ਲੱਗ ਗਿਆ ਸਾਰੇ ਇਹਨੇ ਭਰਾ ਰੱਖੀ ਕੀਤਾ ਗਿਆ ਸੀ ਬੋਲਦੇ ਕਿ ਇੱਕ ਬਣਾਉਣ ਲਿਆਓ, ਅਤੇ ਇਹਨੇ ਅਸੀਂ ਬਣਾਉਣੀ ਕੀਤੀ ਹੈ ਗਿਫਟ ਇਹ ਆਪਣੇ ਭਰਾ ਹੋਰ ਨੂੰ, ਅਤੇ ਅਨਿਲ ਭਰਾ ਹੋਰ ਇੱਥੇ ਬੈਠ ਰਹੇ ਇਹਦੇ ਲੱਗ ਗਿਆ ਹੀ ਹੈ, ਦਿਲ ਬੜਾ ਵੱਡਾ ਤੁਹਾਡੇ ਭਰਾ ਦਾ ਗਿਆ, ਦਿਲ ਵੱਡਾ ਚਾਹੀਦਾ, ਮਰ ਦਿਲ ਵੱਡਾ ਉਹਦਾ ਹੀ ਗੱਲ ਬਣਦੀ ਨਾ, ਪੂਰੀ ਦੁਕਾਨ ਫ੍ਰੀ ਦੇ ਸਕਣਾ ਬੰਦੇ, ਦੇਣੀ ਕੇ ਸੀ ਆਪਣੇ ਦਿਲ ਆਪਣਾ ਦੇਣੀ ਕੇ ਸੀ ਬਣਕਾਣਾ ਆਪਣੇ ਕੋਲ ਸਿਸਟਮ ਨਹੀਂ ਹੈ। ਬਾਕੀ ਦੇਖ ਲਓ ਭਰਾ ਦੀ ਬਣਾਉਣ ਵੀ ਸ਼ੈਲ ਹੈ ਦਿੱਤੀ ਅਸੀਂ ਏਡੀ, ਬਾਕੀ ਤੁਸੀਂ ਵੀ ਆਓ ਉਹਦੇ ਲੱਗ ਗਿਆ, ਅਤੇ ਆਪਣੇ ਦੋ ਪਰਦੇ ਜਿੰਨੇ ਦੇਖਦੇ ਸਾਰੀਆਂ ਵੀਡੀਓ, ਤਾਂ ਉਹਨਾਂ ਦਾ ਕਿਆ ਰਿਕੁਐਸਟ ਵੀ ਹੈ ਕਿ ਚਲੋ ਭਰਾ ਦੀ ਥੋੜ੍ਹੀ ਹੈਲਪ ਕਰੋ, ਕਿਉਂਕਿ ਭਰਾ ਦਾ ਭਰਾ ਦਾ ਨਵਾਂ ਨਵਾਂ ਕੰਮ ਹੈ, ਆਪਣਾ ਚੰਨੀ ਮੋੜ ਏਰੀਆ ਵਿੱਚ ਦੁਕਾਨ ਹੈ ਦੇਰ ਨੀਰ ਫੈਸ਼ਨ ਪੁਆਇੰਟ, ਬਾਕੀ ਚੱਲਣਾ ਠੀਕ ਹੈ ਵੀ ਅਸ ਚੱਲਣੇ ਵੀ ਰਾਮ ਰਾਮ ਜੈ ਸ਼੍ਰੀ ਰਾਮ। ਭਾਈ ਅਨਿਲ ਬਈਆ ਕਹਿੰਦੇ ਦੁਕਾਨ ਹੈ ਆਪਣੇ ਭਰਾ ਦੀ, ਮਨੂ ਬਈਆ ਦੀ, ਜੈ ਸ਼੍ਰੀ ਰਾਮ ਬਈਆ ਜੀ, ਕੁਛ ਪਾਇਆ ਬੋਲ ਇਸ ਵਾਰੀ ਸੁਣਾਉਣਾ ਨੀ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਤੁਸੀਂ ਠੀਕ ਹੋ ਨਾ? ਬਹੁਤ ਵਧੀਆ ਠੀਕ। ਤਾਂ ਦੋਸਤੋ ਕੱਲ੍ਹ ਅਸੀਂ ਇੱਥੋਂ ਦੀ ਲੋਕੇਸ਼ਨ ਪਾਈ ਸੀ ਇਸ ਜਗ੍ਹਾ ਦੀ, ਅਤੇ ਇਸ ਜਗ੍ਹਾ ਦਾ ਲੋਕ ਪੁੱਛਿਆ ਕਿ ਇਸ ਜਗ੍ਹਾ ਦਾ ਕੀ ਨਾਂ, ਅਸੀਂ ਇਸ ਜਗ੍ਹਾ ਦਾ ਨਾਮ ਦੁੱਧਰ ਨਾਲਾ, ਤਾਂ ਸਾਡੇ ਇੱਕ ਬਈਆ ਸੀ ਉਹਨੇ ਕਮੈਂਟ ਮਾਰਦਾ ਸੀ ਕਿ ਤੁਸੀਂ ਤੁਸੀਂ ਥਾਂ ਦੇ ਇਹ ਇੱਥੇ ਇੱਕ ਮੰਦਰ ਵੀ ਬਣਦਾ ਉੱਪਰ ਕਾਲੀ ਮਾਤਾ ਦਾ, ਤਾਂ ਉਹਦਾ ਵੀ ਇੱਕ ਵਲਾਗ ਬਣਾਇਓ,
ਤੇ ਹੋਰ ਕੋਈ ਨਾ ਹੋਵੇ ਦੋਸਤੋ, ਇਹ ਆਪਣੇ ਇਹ ਬਈਆ ਇਹਦਾ ਨਾਮ ਹੈ ਸ਼ੇਖਰ ਸ਼ਰਮਾ। ਜੈ ਮਾਤਾ ਦੀ ਬਈਆ ਜੀ। ਜੈ ਮਾਤਾ ਦੀ। ਤੁਸੀਂ ਦੱਸ ਕੱਲ੍ਹ ਆਖਿਆ ਕਿ ਇੱਥੇ ਆਇਓ? ਬਿਲਕੁਲ ਬਈਆ ਬਿਲਕੁਲ, ਮੈਂ ਤਾਂ ਹੀ ਫੋਨ ਕੀਤਾ, ਮੈਂ ਆਓ ਮਾਰੇ ਤੁਸੀਂ ਦਰਸ਼ਨ ਕਰਾਉਣੇ ਕਾਲੀ ਮਾਤਾ ਦੇ। ਤਾਂ ਚੱਲੇ ਉੱਪਰ ਇਹ ਵਾ ਲੋਕੇਸ਼ਨ ਦੇ ਦੋਸਤੋ, ਇੱਥੋਂ ਦੀ ਇਹ ਵਾ ਦੁੱਧ ਨਾਲਾ ਖਲਿਆ ਥਾ, ਨਾਲਾ ਵਗਦਾ ਇੱਕ, ਇੱਥੇ ਉਹਦੇ ਉੱਪਰ ਜਾਈਏ ਮੰਦਰ ਹੈ ਇੱਕ ਕੰਮ ਦਿੱਤਾ, ਇੱਥੇ ਉਹਦੇ ਉੱਪਰ ਸੁਣਿਆ ਮੈਂ ਗੁਫਾ ਵੀ ਬਣਦੀ ਆ, ਇਹ ਰਸਤਾ ਸ਼ਾਲ ਬਣਦਾ ਪੱਕਾ ਪੂਰਾ ਦੇਖੋ। ਪਹਿਲੇ ਪੌੜੀ ਦੂਈ ਲਾਈ ਦੀ ਨਹੀਂ ਬਈਆ? ਇੱਥੇ ਲੋਹੇ ਵਾਲੀ ਪੌੜੀ? ਹਾਂਜੀ ਹਾਂਜੀ, ਇੱਥੇ ਲੋਹੇ ਵਾਲੀ ਪੌੜੀ, ਪੌੜੀ ਉਹ ਪੂਰੀ ਖੜੀ ਹੀ ਲੱਗੀ ਦੀ ਹੈ। ਹੁਣ ਪੌੜੀ ਕੀ ਹੈਗੀ, ਪੌੜੀਆਂ ਦੂਈਆਂ ਲਾਉਣੀ, ਸੀਮੈਂਟ ਸੀਮੈਂਟ ਆਣੀ। ਹਾਂ ਇਹ ਆਇਆ ਨਹੀਂ? ਬਿਲਕੁਲ ਬਈਆ ਬਿਲਕੁਲ, ਲੋਹੇ ਵਾਲੀ ਪੌੜੀ ਜਿਹੜੀ ਹਿੱਲਣ ਵਾਲੀ ਪੌੜੀ ਹੈ, ਉਹ ਹਿੱਲਦੀ ਹੁਣ ਲੱਗੀ ਦੀ ਸੀਮੈਂਟ ਵਾਲੀ ਪੌੜੀਆਂ, ਸਾਈਡ ਗ੍ਰਿਲ ਲਾਉਣੀ ਤੇ ਸੇਫ, ਸੇਫਟੀ ਸੇਫਟੀ ਪੂਰੀ ਕਵਰ ਹੋਈ। ਬਿਲਕੁਲ ਬਿਲਕੁਲ, ਦੇਖੋ ਉੱਪਰ ਕਿੰਨੀ ਹਾਈਟ ਹੈ ਨਾਲੀ, ਥੱਲੇ ਦਾ ਸੁਨੇਹਰ ਭਾਗੇ ਦਾ, ਥੱਲੇ ਵੀ ਠੀਕ ਹੈ। ਤੋ ਇਹ ਵਾ ਥੱਲੇ ਦੁੱਧ ਨਾਲਾ ਵਗਾ ਦਾ, ਸਾਹਮਣੇ ਇੱਥੇ ਮੰਦਰ ਹੈ ਦੇਖ ਲਿਓ, ਇੱਕ ਹਾਈਟ ਉੱਪਰ ਪਹਾੜੀ ਉੱਪਰ ਮੰਦਰ ਹੈ ਜੀ। ਇੱਥੋਂ ਦੀ ਲੋਕੇਸ਼ਨ ਹੈ, ਇੱਥੇ ਪੱਕਾ ਇੱਥੇ ਹੁੰਦਾ ਆਪਣੇ ਵਗੈਰਾ ਹੁੰਦੇ, ਕਮਰੇ ਬਣਦੇ ਉੱਥੇ, ਇਹ ਸਾਡਾ ਮੰਦਰ ਬਣਦਾ। ਉਸ ਵੇਲੇ ਦਰਸ਼ਨ ਮੇਨ ਨੂੰ ਹੋਏ ਸੈਨ ਤੋਂ ਪਾਰੇ ਬਣਦੀ ਗੁਫਾ ਇੱਕ, ਅਤੇ ਰਸਤਾ ਪਾਰੇ ਜਾਣਾ ਸਹੀ ਵੀ ਹੈ। ਉਸ ਰਾਹ ਕੇ ਡਾਣ ਬਣਦਾ, ਡਾਣਾ ਸਿਸਟਮ ਜਗਰਾਤਾ ਹੁੰਦਾ 21 ਤਰੀਕ, ਉੱਥੇ ਚੜਾਣ ਹੈ ਉੱਥੇ ਜਗਰਾਤਾ ਹੁੰਦਾ ਹਰ 21 ਹਰ ਮਹੀਨੇ 21 ਤਰੀਕ, ਹਰ ਮਹੀਨੇ 21 ਤਰੀਕ ਜੀ, ਹਰ ਮਹੀਨੇ 21 ਤਰੀਕ ਜਗਰਾਤਾ ਵੀ ਹੋਣਾ, ਭੰਡਾਰਾ ਵੀ ਹੁੰਦਾ, 5-6 ਹਜ਼ਾਰ ਬੰਦਾ ਕਮ ਸੇ ਕਮ ਵੀ ਆਉਂਦਾ, ਹਰ ਮਹੀਨੇ 21 ਤਰੀਕ ਜੀ, ਹਰ ਮਹੀਨੇ ਬਾਹਰ ਕੋਈ ਵੀ ਹੋਵੇ, ਬਾਹਰ ਕੋਈ ਵੀ ਹੋਵੇ ਕੋਈ ਚੱਕਰ ਨਹੀਂ ਆਉਂਦਾ। ਠੀਕ, ਤਾਂ ਇੱਥੇ ਨਿੱਕੇ ਨਿੱਕੇ ਬੱਚੇ ਵੀ ਆਉਂਦੇ ਦੇਖੋ। ਜੈ ਮਾਤਾ ਦੀ, ਇੱਧਰ ਆਓ, ਇੱਧਰ ਆਓ, ਆਓ ਸਾਰੇ ਆਓ, ਆਓ ਸ਼ਾਬਾਸ਼। ਜੈ ਮਾਤਾ ਦੀ, ਜੈ ਮਾਤਾ ਦੀ, ਚਲੋ ਕਾਲੀ ਮਾਤਾ ਕੀ ਜੈ। ਚੱਲਿਆ ਤੁਸੀਂ ਕੀ ਦਰਸ਼ਨ ਕਰਵਾਉਣੇ ਕਰਨੇ, ਆਪੋ ਵੀ ਕਰਨੇ ਆ। ਇਹ ਮੰਦਰ ਹਾ, ਅਤੇ ਇਸ ਮੰਦਰ ਕੀ ਬਣਨ ਦਾ 12 ਸਾਲ ਹੋਈ ਗਏ ਨੇ, ਜਿਸ ਵਕਤ ਪਿੰਡੀ ਜਿਹੜੀ ਪੁਰਾਣੀ ਪਿੰਡੀ ਹੈ ਇੱਥੇ, ਉਸਦਾ ਕੋਈ ਪਤਾ ਨਹੀਂ ਹੈ ਕਿੰਨਾ ਟਾਈਮ ਪੁਰਾਣੀ ਪਿੰਡੀ ਆ ਉਹ। ਜਾਂ ਬਈ ਆਖ ਰਹੇ ਕਿ ਇੱਥੇ ਹਰ ਮਹੀਨੇ 21 ਤਰੀਕ, ਇੱਥੇ 21 ਤਰੀਕ ਹਰ ਮਹੀਨੇ ਜਾਗਰਣ ਕਰਨਾ, ਇੱਥੇ ਹੁੰਦਾ ਭੰਡਾਰਾ ਹਰ ਮਹੀਨੇ 21 ਤਰੀਕ, ਅਤੇ ਕਰਨ ਦੀ ਵਜ੍ਹਾ ਪਤਾ ਕੀ ਹੈ, ਕਿਉਂਕਿ ਇਹਦਾ ਮੰਦਰ ਵਿਸ਼ਾ ਬਣਦਾ ਨਹੀਂ ਜਿਹੜਾ, ਇਸ ਬਣਦਾ ਕੋਈ ਕੋਈ ਕਮ ਸੇ ਕਮ 12 ਸਾਲ ਹੋਈ ਗਏ ਨੇ, 10-12 ਸਾਲ ਇਸ ਬਣਦਾ ਹੋਈ ਹੈ, ਅਤੇ ਜਿਹੜੀ ਇਸ ਮੰਦਰ ਦੀ ਜਿਹੜੀ ਸਥਾਪਨਾ ਹੋਈ ਸੀ ਉਹ ਸੀ 21 ਤਰੀਕ, ਅਤੇ ਤਾਂ ਕਰੀ ਇੱਥੇ ਲੋਕ ਹਰ ਮਹੀਨੇ 21 ਤਰੀਕ ਇੱਥੇ ਭੰਡਾਰਾ ਕਰਦੇ, ਕਿੰਨਾ ਜਗਰਾਤਾ ਵਗੈਰਾ ਕਰਦੇ। ਮੇਨ ਪਿੰਡੀ ਹੈ ਇੱਥੇ ਦੋਸਤੋ, ਉਹ ਆ ਥੱਲੇ ਬਣੀ ਗੁਫਾ ਦੇ ਵਿੱਚ, ਜਿਹੜੇ ਮੰਦਰ ਦਾ ਲਾਗੇ ਰਸਤਾ ਬਣਦਾ ਗਿਆ ਨਾ ਵਾਸਤੇ, ਅਤੇ ਇੱਥੇ ਥੱਲੇ ਮੇਨ ਪਿੰਡੀ ਹੈ, ਜਿਹੜੀ ਮੇਨ ਪਿੰਡੀ ਹੈ ਇੱਥੋਂ ਦੀ ਉਹ ਪਤਾ ਨਹੀਂ ਕਿੰਨੀ ਪੁਰਾਣੀ ਹੈ, ਉਹਦਾ ਕੋਈ ਪਤਾ ਨਹੀਂ ਹੈ ਕਿਸੇ ਵੀ, ਇਹ ਪਹਾੜੀ ਬਣੀ ਇੱਥੇ, ਇਹ ਪਹਾੜੀ ਦੇ ਅੰਦਰ ਇੱਕ ਨਿੱਕੀ ਜਿਹੀ ਗੁਫਾ ਬਣੀ ਸੀ ਦੋਸਤੋ, ਕੰਨੇ ਗੁਫਾ ਦੇ ਵਿੱਚ ਮਾਤਾ ਰਾਣੀ ਬੈਠਦੀ ਹੈ ਪਿੰਡੀ ਦੇ ਰੂਪ 'ਚ, ਅੱਛਾ ਇਹ ਗੁਫਾ ਨਿੱਕੀ ਜਿਹੀ ਬਣਦੀ। ਤਾਂ ਬਾਈ ਇਹ ਜਿੰਨੀ ਵੀ ਜਗ੍ਹਾ ਨੀ, ਇਹ ਸਭ ਦੋਸਤੋ ਪਿੰਡੀ ਰੂਪ 'ਚ ਹੀ ਹੈ, ਇਹ ਇੱਥੇ ਦੇਖੋ ਇਹ ਵੀ ਹੈ ਇੱਕ ਪਿੰਡੀ ਰੂਪ ਬਣੀ ਦੀ ਉੱਪਰ, ਬਾਕੀ ਜਿਹੜੀ ਸਹੀ ਸਭ ਰੱਬ ਦੇ ਰੂਪ ਨੇ ਇੱਥੇ, ਇਹ ਵਾ ਜਿਹੜੀ ਮੇਨ ਪਿੰਡੀ ਇੱਥੇ ਨਿਕਲਦੀ, ਜਿਹੜੀ ਬਹੁਤ ਹੀ ਪੁਰਾਣੀ ਪਿੰਡੀ ਹੈ ਇੱਥੇ, ਬਾਕੀ ਸਾਰੀ ਜਗ੍ਹਾ ਹੀ ਮੇਨ ਹੈ ਦੋਸਤੋ ਦੇਖੇ ਜਾਂਦੇ, ਕਿਉਂਕਿ ਇੱਥੇ ਜੀ ਅਸ ਜਾਂਦੇ ਸ਼ਿਵਕੋੜੀ, ਸ਼ਿਵਕੋੜੀ ਜੀ ਆ ਬਈਆ ਉੱਥੇ ਆਣੀ ਉੱਪਰ ਬਣਦਾ ਕੇ, ਸ਼ਿਵਕੋੜੀ ਨਹੀਂ ਸ਼੍ਰੀ ਗੁਫਾ ਬਣੀ ਸ਼ਿਵ ਜੀ ਦੀ, ਉੱਥੇ ਉੱਥੇ ਵੀ ਸੇਮ ਇੱਕ ਜਗ੍ਹਾ ਹੈ, ਸੇਮ ਜਗ੍ਹਾ ਹੈ ਕਿਤੇ ਜੀ, ਇੱਥੇ ਵੀ ਸਾਰੀਆਂ ਮੂਰਤੀਆਂ ਇੱਥੇ ਹਨ ਹੋਣੀਆਂ, ਬਾਰੇ ਨਾ ਅਸੀਂ ਪਤਾ ਨਹੀਂ ਕਿਉਂਕਿ ਪੰਨ ਤੋਂ ਇੱਥਾ ਦੇ ਨਹੀਂ ਹਨ। ਤਾਂ ਬਾਈ ਜੀ ਤਸ ਥੱਲੇ ਕਹਿੰਦੇ ਹਨ, ਦੇਖੋ ਥੱਲੇ ਕਿੰਨੀ ਵੱਡੀ ਖਾਈ ਆ ਥੱਲੇ, ਅਤੇ ਇੰਨਾ ਖਤਰਨਾਕ ਜਗ੍ਹਾ ਨਹੀਂ ਥੱਲੇ ਜਾਣਾ, ਫਿਰ ਰਸਤਾ ਵੀ ਖਤਰਨਾਕ ਹੈ, ਪੌੜੀਆਂ ਵਿਛਾ ਕੇ ਇੱਥੇ ਬਣੀਆਂ ਹੈ, ਬਹੁਤ ਹੀ ਡੈਂਜਰਸ ਜਗ੍ਹਾ ਇੱਥੇ, ਡੈਂਜਰਸ ਇੰਨਾ ਡੈਂਜਰਸ ਨਹੀਂ ਹੈ ਕਿ ਕਿਸੇ ਕੋਈ ਨੁਕਸਾਨ ਹੋ, ਪਰ ਇੰਨੀਆਂ ਜਗ੍ਹਾ ਦੇਖਿਆ ਜਾਂਦਾ ਖਤਰਨਾਕ ਹੈ, ਇਹ ਮਾਰਾ ਇੰਨਾ ਡੈਂਜਰਸ ਨਹੀਂ ਹੈ ਮਾਰਾ।